ਅਲੋਕ ਸੁਖੀ ਗੁਆਂਢੀ ਦੁਖੀ। ਨਾ ਬਈ ਨਾ, ਇੱਦਾਂ ਨਹੀਂ ਹੋ ਸਕਦਾ। ਜਿਵੇਂ ਅਸੀਂ ਦੇਖੋ ਕਹਿ ਦਿੰਦੇ ਹਾਂ ਕਿ ਨਾ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ, ਉਹੀ ਚੀਜ਼ ਇਸ ਪਾਠ ਦੇ ਵਿੱਚ ਦੱਸੀ ਗਈ ਸੀ। ਇਸ ਪਾਠ ਦੇ ਵਿੱਚ ਇੱਕ ਅਲੋਕ ਸੀ ਅਤੇ ਇੱਕ ਸੀ ਉਸਦਾ ਦੋਸਤ ਇਕਬਾਲ। ਅਲੋਕ ਇਕਬਾਲ ਦੇ ਘਰ ਚਲਾ ਜਾਂਦਾ ਹੈ ਕੰਮ ਪੁੱਛਣ ਲਈ ਸਕੂਲ ਦਾ, ਅਤੇ ਜਦ ਉਹ ਦੇਖਦੇ ਜਾ ਕੇ ਉਹਨਾਂ ਦੇ ਘਰ ਬੈਠ ਜਾਂਦੇ ਨੇ ਉਹ, ਤਾਂ ਉਹ ਦੇਖਦੇ ਕਿ ਮੇਰੇ ਕਮਰੇ ਦੀ ਜੋ ਲਾਈਟ ਹੈ ਉਹ ਜਗਦੀ ਰਹਿ ਗਈ, ਅਤੇ ਉਹ ਲਾਈਟ ਜਗਦੀ ਰਹਿਣ ਕਰਕੇ ਉਸ ਲਾਈਟ ਦੀ ਜਿਹੜੀ ਰੋਸ਼ਨੀ ਹੈ ਉਹ ਇਕਬਾਲ ਦੇ ਘਰ ਲਾ ਰਹੀ ਹੈ, ਅਤੇ ਇਕਬਾਲ ਦੀ ਦਾਦੀ ਜੀ ਨੇ ਅਤੇ ਇਕਬਾਲ ਨੇ ਜਿਹੜੀ ਉਹਨਾਂ ਦੀ ਨੀਂਦ ਖਰਾਬ ਹੋ ਰਹੀ ਹੈ ਉਸ ਲਾਈਟ ਕਰਕੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਤਾਂ ਉਹ ਹੁਣ ਜਦ ਇਸ ਗੱਲ ਦਾ ਪਤਾ ਲੱਗਦਾ ਕਿ ਇਹ ਲਾਈਟ ਕਾਰਨ ਇਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਤਾਂ ਉਹ ਦਾਦੀ ਜੀ ਨੂੰ ਪੁੱਛਦਾ ਹੈ। ਤਾਂ ਦਾਦੀ ਜੀ ਕਹਿੰਦੇ ਨੇ, ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਰਾਤ ਨੂੰ ਪੜ੍ਹਦੇ ਹੋ ਤਾਂ ਤੁਹਾਡੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਲਾਈਟ ਦਾ ਕੋਈ ਚੱਕਰ ਨਹੀਂ। ਤਾਂ ਉਹ ਕਹਿਣ ਲੱਗੇ, ਅਲੋਕ ਕਹਿਣ ਲੱਗਿਆ, ਕਹਿੰਦਾ ਅਲੋਕ ਸੁਖੀ ਗੁਆਂਢੀ ਦੁਖੀ। ਨਾ ਬਈ ਨਾ, ਇੱਦਾਂ ਨਹੀਂ ਹੋ ਸਕਦਾ ਕਹਿੰਦਾ। ਇਸ ਕਰਕੇ ਉਹਨੇ ਕੀ ਕੀਤਾ, ਹੱਲ ਕੀਤਾ ਉਸ ਲਾਈਟ ਜੋ ਕਮਰੇ ਦੀ ਲਾਈਟ ਬਾਹਰ ਆ ਰਹੀ ਸੀ, ਉਹਨੇ ਉਹ ਖਿੜਕੀ ਦੇ ਉੱਤੇ ਇੱਕ ਪਰਦਾ ਤਾਣ ਦਿੱਤਾ। ਇਸ ਤਰ੍ਹਾਂ ਉਹਨੇ ਸਮੱਸਿਆ ਦਾ ਹੱਲ ਕਰਤਾ। ਅਤੇ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਵੀ ਕਮਾਲ ਦੀ ਇਹ ਮਿਲੀ ਸੀ ਕਿ ਸਾਨੂੰ ਫਜ਼ੂਲ ਖਰਚੀ ਦੇ ਨਾਲ ਨਾਲ, ਦੇਖੋ ਉਹ ਲਾਈਟ ਚੱਲਦੀ ਛੱਡ ਆਇਆ ਸੀ, ਫਜ਼ੂਲ ਖਰਚੀ ਸੀ, ਪਰੰਤੂ ਉਹਦੇ ਨਾਲ ਨਾਲ ਉਹਨੇ ਗੁਆਂਢੀਆਂ ਦੇ ਸੁੱਖ ਦੁੱਖ ਦਾ ਵੀ ਖਿਆਲ ਰੱਖਿਆ ਸੀ। ਇਸ ਲਈ ਸਾਨੂੰ ਗੁਆਂਢੀਆਂ ਦੇ ਸੁੱਖ ਦੁੱਖ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ ਕਿ ਸਾਡੇ ਕਰਕੇ ਕਿਸੇ ਦੂਸਰੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਹੁਣ ਅਸੀਂ ਕਰਦੇ ਹਾਂ ਜੀ ਪਾਠ ਨੰਬਰ 14, ਅਲੋਕ ਸੁਖੀ ਗੁਆਂਢੀ ਦੁਖੀ। ਨਾ ਬਈ ਨਾ, ਇਸ ਪਾਠ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਹੁਣ ਅਸੀਂ। ਪਹਿਲਾ ਪ੍ਰਸ਼ਨ ਹੈ ਸਾਡੇ ਕੋਲ, ਅਲੋਕ ਇਕਬਾਲ ਦੇ ਘਰ ਕਿਉਂ ਗਿਆ ਸੀ? ਪੁੱਤਰ, ਅਲੋਕ ਬਿਮਾਰ ਹੋਣ ਕਰਕੇ ਉਸ ਦਿਨ ਸਕੂਲ ਨਹੀਂ ਗਿਆ ਸੀ, ਅਤੇ ਸ਼ਾਮ ਨੂੰ ਇਕਬਾਲ ਦੇ ਘਰ ਸਕੂਲ ਦਾ ਕੰਮ ਪੁੱਛਣ ਲਈ ਗਿਆ ਸੀ। ਪਹਿਲਾ ਪ੍ਰਸ਼ਨ ਬਿਲਕੁਲ ਕਲੀਅਰ ਹੈ ਕਿ ਉਹ ਇਕਬਾਲ ਦੇ ਘਰ ਕਿਉਂ ਗਿਆ ਸੀ। ਕਿਉਂ ਗਿਆ ਸੀ? ਕਿਉਂਕਿ ਉਹ ਸਕੂਲ ਦੇ ਵਿੱਚ ਛੁੱਟੀ ਲੈ ਕੇ ਆ ਗਿਆ ਸੀ, ਸੋਰੀ ਗਿਆ ਨਹੀਂ ਸੀ, ਅਤੇ ਉਹ ਕੰਮ ਪੁੱਛਣ ਲਈ ਗਿਆ ਸੀ ਇਕਬਾਲ ਨੂੰ ਕਿ ਕੱਲ੍ਹ ਲਈ ਟੀਚਰਾਂ ਨੇ ਕੀ ਕੰਮ ਦੱਸਿਆ। ਇਸ ਤਰੀਕੇ ਨਾਲ ਇਹ ਕਹਾਣੀ ਬਹੁਤ ਜ਼ਿਆਦਾ ਵਧੀਆ, ਤੁਸੀਂ ਇਹ ਕਹਾਣੀ ਪੂਰੀ ਜ਼ਰੂਰ ਪੜ੍ਹਿਓ, ਸਿੱਖਿਆ ਵੀ ਕਮਾਲ ਦੀ ਮਿਲਦੀ ਹੈ ਇਸ ਕਹਾਣੀ ਤੋਂ। ਇਹ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ, ਪ੍ਰਸ਼ਨ ਨੰਬਰ 2 ਪੜ੍ਹਨ ਤੋਂ ਪਹਿਲਾਂ ਅਸੀਂ ਇੱਕ ਗੱਲ ਸਾਂਝੀ ਕਰਨੀ ਸੀ ਤੁਹਾਡੇ ਨਾਲ ਕਿ ਇਸ ਚੈਨਲ ਦੇ ਉੱਤੇ ਇੱਕ ਅਸੀਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਸਵਾਲ ਜਵਾਬ। ਇਹ ਜੋ ਪ੍ਰੋਗਰਾਮ ਹੈ ਹਰ ਸ਼ਨੀਵਾਰ ਨੂੰ ਹੋਇਆ ਕਰੇਗਾ, ਇਹਦੇ ਵਿੱਚ ਕੋਈ ਵਾਹਲਾ ਔਖਾ ਕੰਮ ਨਹੀਂ। ਜੋ ਅਸੀਂ ਵੀਡੀਓਜ਼ ਇਸ ਹਫ਼ਤੇ ਅਪਲੋਡ ਕੀਤੀਆਂ ਹੋਇਆ ਕਰਨਗੀਆਂ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜੋ ਵੀਡੀਓਜ਼ ਅਪਲੋਡ ਕੀਤੀਆਂ ਹੋਇਆ ਕਰਨਗੀਆਂ, ਉਹਨਾਂ ਵੀਡੀਓਜ਼ ਦੇ ਵਿੱਚੋਂ ਅਸੀਂ ਕੁਝ ਸਵਾਲ MCQ ਦੇ ਰੂਪ ਵਿੱਚ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਕਰਾਂਗੇ। ਤੁਸੀਂ ਉਹਨਾਂ ਸਵਾਲਾਂ ਦਾ ਜਵਾਬ ਸਾਨੂੰ ਕਮੈਂਟ ਦੇ ਵਿੱਚ ਦੇਣਾ ਹੋਇਆ ਕਰੇਗਾ। ਜੇਕਰ ਤੁਸੀਂ ਉਹਨਾਂ ਸਵਾਲਾਂ ਦਾ ਜਵਾਬ ਕਮੈਂਟ ਦੇ ਵਿੱਚ ਦਿੰਦੇ ਹੋ ਤਾਂ ਕੀ ਹੁੰਦਾ, ਉਹ ਨਾਮ ਸਾਡੇ ਕੋਲ ਪਹੁੰਚਿਆ ਕਰੇਗਾ। ਤੁਸੀਂ ਕਮੈਂਟ ਕਰਦੇ ਹੋ ਤਾਂ ਅਸੀਂ ਉਹ ਨਾਮ ਜਿਸ ਨੇ ਸਵਾਲ ਦਾ ਜਵਾਬ ਦਿੱਤਾ ਹੋਇਆ ਕਰੇਗਾ, ਉਹ ਅਸੀਂ ਵੀਡੀਓ ਦੇ ਵਿੱਚ ਅਨਾਊਂਸ ਕਰਿਆ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਸਵਾਲ ਪੁੱਛੇ ਜਾਇਆ ਕਰਨਗੇ, ਤੁਸੀਂ ਉਹਨਾਂ ਦਾ ਆਨਸਰ ਦੇਣਾ ਹੋਇਆ ਕਰੇਗਾ, ਅਤੇ ਕਮੈਂਟ ਦੇ ਵਿੱਚ ਜੋ ਆਨਸਰ ਆਇਆ ਕਰਨਗੇ ਉਹਨਾਂ ਦਾ ਨਾਮ ਵੀਡੀਓ ਦੇ ਵਿੱਚ ਅਨਾਊਂਸ ਹੋਇਆ ਕਰੇਗਾ। ਨੈਕਸਟ ਡੇ ਸ਼ਨੀਵਾਰ ਨੂੰ ਅਸੀਂ ਵੀਡੀਓ ਪਾਇਆ ਕਰਾਂਗੇ ਸਵਾਲ ਜਵਾਬ ਦੇ ਲਈ। ਤੁਸੀਂ ਕਮੈਂਟ ਕਰਕੇ ਜੋ ਆਨਸਰ ਦੇਵੋਗੇ ਤਾਂ ਉਸਦਾ ਸੰਡੇ ਨੂੰ ਰਿਪਲਾਈ ਆਇਆ ਕਰੇਗਾ ਤੁਹਾਡੇ ਜਵਾਬਾਂ ਦਾ। ਤੁਸੀਂ ਗਲਤ ਜਵਾਬ ਵੀ ਦਿਓਗੇ ਕੋਈ ਚੱਕਰ ਨਹੀਂ, ਅਸੀਂ ਨੈਕਸਟ ਵੀਡੀਓ ਦੇ ਵਿੱਚ ਸਹੀ ਜਵਾਬ ਦੱਸਾਂਗੇ, ਅਤੇ ਨਾਲ ਦੀ ਨਾਲ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਸੀ ਉਹਨਾਂ ਦੇ ਨਾਮ ਵੀ ਅਨਾਊਂਸ ਕਰਾਂਗੇ। ਇਸ ਤਰੀਕੇ ਨਾਲ ਸਾਡੀ ਕਮਿਊਨੀਕੇਸ਼ਨ ਚੰਗੀ ਹੋ ਸਕੇਗੀ, ਅਤੇ ਨਾਲ ਦੀ ਨਾਲ ਤੁਹਾਡੀ ਜੋ ਲੈਸਨ ਪੜ੍ਹੇ ਨੇ ਤੁਸੀਂ ਨੇ ਉਹਨਾਂ ਲੈਸਨਸ ਦੀ ਰਿਵੀਜ਼ਨ ਹੋ ਸਕੇਗੀ। ਅਤੇ ਇਹ ਜੋ ਵੀਡੀਓ ਹੋਵੇਗੀ ਇਹ ਲਗਭਗ ਸਾਰੀਆਂ ਕਲਾਸਾਂ ਦੇ ਲਈ ਹੋਵੇਗੀ, ਕੋਈ ਇਹ ਨਹੀਂ ਕਿ ਅਸੀਂ ਸਿਰਫ 5ਵੀਂ ਦੇ ਸਵਾਲ ਐਡ ਕਰਾਂਗੇ ਇਹਦੇ ਵਿੱਚ 5ਵੀਂ ਦੇ ਪ੍ਰਸ਼ਨ ਹੋਣਗੇ, ਨਹੀਂ, ਸਾਰੀਆਂ ਕਲਾਸਾਂ ਦੇ ਕੁਝ ਕੁ ਸਵਾਲ ਲੈ ਕੇ ਅਸੀਂ ਉਸ ਵੀਡੀਓ ਦੇ ਵਿੱਚ ਪੇਸ਼ ਹੋਇਆ ਕਰਾਂਗੇ ਤੁਹਾਡੇ ਸਾਹਮਣੇ। ਉਹ ਵੀਡੀਓ ਪੂਰੀ ਜ਼ਰੂਰ ਦੇਖਿਆ ਕਰਿਓ, ਕਿਉਂਕਿ ਫਿਰ ਹੀ ਸਾਡੀ ਕਮਿਊਨੀਕੇਸ਼ਨ ਚੰਗੀ ਬਣੇਗੀ, ਫਿਰ ਹੀ ਸਾਡੀ ਰਿਵੀਜ਼ਨ ਹੋ ਸਕੇਗੀ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਉਹਨਾਂ ਵੀਡੀਓਜ਼ ਨੂੰ ਰਿਸਪੋਂਸ ਚੰਗਾ ਦੇਵੋਗੇ। ਹੁਣ ਅਸੀਂ ਸ਼ੁਰੂ ਕਰਦੇ ਹਾਂ ਜੀ ਇਹ ਵੀਡੀਓ। ਪ੍ਰਸ਼ਨ ਨੰਬਰ 2, ਅਲੋਕ ਨੂੰ ਇਕਬਾਲ ਕੋਲ ਬੈਠਿਆਂ ਕਿਸ ਗੱਲ ਦੀ ਚਿੰਤਾ ਹੋ ਰਹੀ ਸੀ? ਉੱਤਰ, ਗਲਤੀ ਨਾਲ ਉਹ ਆਪਣੇ ਕਮਰੇ ਦੀ ਬੱਤੀ ਜਗਦੀ ਛੱਡ ਆਇਆ ਸੀ। ਪ੍ਰਸ਼ਨ ਨੰਬਰ 3, ਅਲੋਕ ਫਜ਼ੂਲ ਖਰਚੀ ਦੇ ਨਾਲ ਨਾਲ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਦਾ ਸੀ? ਉੱਤਰ, ਅਲੋਕ ਇਸ ਗੱਲ ਦਾ ਧਿਆਨ ਰੱਖਦਾ ਸੀ ਕਿ ਉਸ ਕਰਕੇ ਕਿਸੇ ਗੁਆਂਢੀ ਨੂੰ ਤਕਲੀਫ ਨਾ ਹੋਵੇ। ਉਹ ਸੋਚਦਾ ਸੀ ਕਿ ਬੱਤੀ ਜਗਾ ਕੇ ਮੈਂ ਤਾਂ ਪੜ੍ਹਦਾ, ਪਰੰਤੂ ਗੁਆਂਢੀਆਂ ਨੂੰ ਦਾਦੀ ਜੀ ਨੂੰ ਖਾਮ ਖਾ ਹੀ ਤਕਲੀਫ ਹੋ ਰਹੀ ਹੈ, ਇਸ ਕਰਕੇ ਉਹ ਗੁਆਂਢੀਆਂ ਦੇ ਸੁੱਖ ਦੁੱਖ ਦਾ ਵੀ ਖਿਆਲ ਰੱਖਦਾ ਸੀ। ਪ੍ਰਸ਼ਨ ਨੰਬਰ 4, ਅਲੋਕ ਦੇ ਕਮਰੇ ਵਿੱਚ ਜਗਦੀ ਬੱਤੀ ਕਾਰਨ ਕਿਸ ਕਿਸ ਨੂੰ ਪਰੇਸ਼ਾਨੀ ਹੁੰਦੀ ਸੀ? ਉੱਤਰ, ਇਕਬਾਲ ਅਤੇ ਉਸਦੀ ਦਾਦੀ ਜੀ ਨੂੰ।
प्रश्न नंबर 5 आलोक ने अपने गुआंढियों की परेशानी का की हल लपया। उत्तर, आलोक ने खिड़की बंद कर दिती ते अगले दिन उस अगे पर्दा तान दिता। पर्दा तानता से इस करके जी लाइट से वह उन्हां दे घर जाणो हट गई। इस तरीके नाल उन्हें गुआंढियों की परेशानी का हल लपया सी। प्रश्न नंबर 6 प्रश्न इस पाठ तो सानू की सिक्ख्या मिलती है। उत्तर, इस पाठ तो सानू सिक्ख्या मिलती है कि सानू इस गल का ध्यान रखना चाहिए कि साढ़े करके आंढ गुआंढ के लोगों को कोई मुश्किल ना आ रही होवे। ये ना होवे कि साढ़े सुख कारण दूसरे दुखी होण। जिवें पाठ का नाम देखो, आलोक सुखी गुआंढी दुखी ना बई ना, कहिंदा इदां नहीं हो सकता। इसलिए सानू अपने सुख दुख का ख्याल रखना चाहिए, नाल दी नाल गुआंढियों के सुख दुख का भी ख्याल रखना चाहिए। साढ़े सुख करके किसी नू दुख नहीं आना चाहिए। इसलिए सानू असी अपने कम रूम दे विच जो कर रहे हैं लाइट है वह लाइट बार ना जाए, शोर बार ना जाए, क्योंकि हो सकता है किसी बजुर्ग को परेशानी हो सकती है। अगला भाग है साढ़े को हेठ लिखे शब्द किसने किसनू कहे। पहला है, अपने गल्लां करन नाल दादी जी की नींद तां नहीं खराब हुंदी। यह शब्द आलोक ने इकबाल नूं कहे सी। आलोक ने कहा सी कहिंदा वी दादी दी नींद तां नहीं खराब हुंदी। यह शब्द किसने कहे सी? आलोक ने इकबाल नूं। ओहो, मैं तां अपने कमरे की बत्ती जगदी छड आया। यह शब्द भी आलोक ने इकबाल नूं कहे सी। अगला वाक है साढ़े कोल, नुकसान कादा दादी जी, मैं कोई होर प्रबंध कर लैणा सी। यह शब्द आलोक ने दादी जी नूं कहे सी। दादी जी कहन लगे, कहिंदे तेरा नुकसान होगा, पढ़ाई ते जेकर तूं लाइट बंद करेगा तां। कहन लगे, नुकसान नहीं हुंदा, कहिंदा मैं होर प्रबंध कर लैणा। अगला भाग है साढ़े कोल, हेठ लिखे शब्दों नूं वाकां विच वरतो। इशारा, समझदार लई इशारा ही काफ़ी हुंदा है। मंजिल, मेहनत करन वालियां नूं मंजिल जरूर प्राप्त हुंदी है। अगला शब्द है साढ़े कोल रोशनी, सूरज तो सानूं रोशनी मिलदी है। परेशान, सानूं माता पिता की कमाई गलत कमां विच खर्च के उन्हां नूं परेशान नहीं करना चाहीदा। अगला वाक है नुकसान, इस साल ज़्यादा बारिश कारण फसलों का बहुत नुकसान होया है। जां असीं कह सकते हैं कि करोना की महामारी करके बच्चों की पढ़ाई का बहुत नुकसान होया है। इस तरीके नाल वाक किवें बना सकते हो, वह शब्द विच इनवॉल्व होना चाहिए, वह शब्द विच आना चाहिए। प्रबंध, स्कूल विच ठंडे पानी का प्रबंध है, जां कह लो भी इकबाल ने जगदी बत्ती का प्रबंध कर दिता, गुआंढियों के सुख का प्रबंध कर दिता। इस तरह वाक किसी भी तरीके असं बना सकते हैं। यह भीडियो तो किस तरह की लगी कमेंट करके अपना रिएक्शन जरूर दवो। कमेंट के बिना किसी चीज़ कदे गल लिखते करो जी प्रॉब्लम आई है। जेकर कोई तुम दिक्कत आ रही है, कोई चीज़ नहीं समझ लग रही, तो बेझिझक सानूं कमेंट के दस सकते हो। जेकर तुम कोई चीज़ चंगी भी लगी है तो वो बारे भी दस्या करो। सिर्फ यही नहीं कि तुम परेशानियां किन आई चलो, सुख भी किन आया करो। यह भीडियो वो तो वाइक करो, शेयर करो। यह भीडियो पूरी देखने लिए बहुत बहुत धन्यवाद।